ਪੰਜਾਬ ਦੇ ਉਸ ਚੈਨਲ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਪਹਿਲਾਂ ਸ਼ਾਇਦ ਨਾ ਦੇਖੀ ਹੋਵੇ ਕਰੋਨਾ ਵਾਇਰਸ ਦੇ ਚੱਲਦਿਆਂ ਤੁਸੀਂ ਦੇਖ ਸਕਦੇ ਹੋ ਕਿ ਕੱਲ ਰਾਤ ਲਖਬੀਰ ਕੁਮਾਰ ਜਿਸ ਦੀ ਉਮਰ ਤਕਰੀਬਨ 39 ਸਾਲ ਹੈ ਇੱਕ ਅਖਬਾਰ ਦੇ ਵਿੱਚ ਕੰਮ ਕਰਨ ਦੀ وجہ ਦੇ ਨਾਲ ਉਸ ਨੂੰ ਕਰੋਨਾ ਵਾਇਰਸ ਹੋ ਗਿਆ ਸੀ ਉਸ ਨੂੰ ਕੱਲ ਰਾਤ ਹੀ सिविल अस्पताल जालंधर ਦੇ ਵਿੱਚ ਕਵਾਰਨਟਾਈਨ ਕਰ ਦਿੱਤਾ ਗਿਆ ਹੈ ਅੱਜ ਸਿਵਲ ਹਸਪਤਾਲ ਤੋਂ ਟੀਮ ਜੋ ਹੈ ਹੈਲਥ ਡਿਪਾਰਟਮੈਂਟ ਦੀ ਆਈ ਔਰ ਨਾਲ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਵੀ ਹੈ ਔਰ ਨਾਲ-ਨਾਲ ਪੰਜਾਬ ਨਿਊਜ਼ ਚੈਨਲ ਦੀ ਟੀਮ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਉਸ ਘਰ ਤੱਕ ਪਹੁੰਚ ਪਹੁੰਚ ਰਹੀ ਹੈ ਜਿੱਥੋਂ ਕਿ ਇਹਨਾਂ ਦੇ ਉਸ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਹੁਣ ਲਿਜਾਇਆ ਜਾਣਾ ਹੈ ਕਵਾਰਨਟਾਈਨ ਕਰਨ ਵਾਸਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਪਤਨੀ ਮਲਕੀਤ ਕੌਰ ਉਮਰ ਤਕਰੀਬਨ 37 ਸਾਲ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਯੋਜਨਾ ਰਾਣੀ ਉਮਰ 60 ਸਾਲ ਗੁਰਬਚਨ ਕੌਰ ਉਮਰ ਤਕਰੀਬਨ 97 ਸਾਲ ਸੋਨਲ ਉਮਰ 7 ਸਾਲ ਸਮਾਇਰਾ ਉਮਰ 2 ਸਾਲ ਸੋ ਇਹ ਛੋਟੇ ਛੋਟੇ ਬੱਚਿਆਂ ਨੂੰ ਵੀ ਹਜੇ ਕੀ ਪਤਾ ਹੋਣਾ ਕਿ कोरोना वायरस की हुंदी है ए अखबार ਦੇ ਵਿੱਚ ਕੰਮ ਕਰ ਰਿਆ ਸੀ ਔਰ ਸੰਤੋਖਪੁਰਾ ਦੇ ਵਿੱਚ ਜਿਸ ਜਿਹੜਾ ਕਿ ਬਿਜਲੀ ਘਰ ਦੇ ਬਿਲਕੁਲ ਨਾਲ ਵਾਲੀ ਗਲੀ ਦੇ ਵਿੱਚ ਉਹਨਾਂ ਦਾ ਘਰ ਹੈ ਤੁਸੀਂ ਇਸ ਵੀਡੀਓ ਰਾਹੀਂ ਦੇਖ ਰਹੇ ਹੋ ਸ਼ਾਇਦ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਪਹਿਲਾਂ ਕਦੀ ਨਾ ਦੇਖੀ ਹੋਵੇ ਕਿ ਜਿਸ ਤਰ੍ਹਾਂ ਲਾਈਵ ਬਿਲਕੁਲ ਪੰਜਾਬ ਨਿਊਜ਼ ਚੈਨਲ ਦੀ ਟੀਮ ਨੇ ਉੱਥੇ ਜਾ ਕੇ ਬਿਲਕੁਲ ਰਿਕਾਰਡਿੰਗ ਕੀਤੀ ਹੈ ਔਰ ਬਹੁਤ ਹੀ ਅਸੀਂ बार-बार ਲੋਕਾਂ ਨੂੰ ਕਹਿ ਰਹੇ ਸੀ ਕਿ ਘਰਾਂ ਦੇ ਵਿੱਚ ਰਹੋ ਘਰਾਂ ਦੇ ਵਿੱਚ ਰਹੋ ਆਪਣੇ ਚੈਨਲ ਵੱਲੋਂ ਵੀ ਅਸੀਂ ਅਪੀਲ ਕਰ ਰਹੇ ਹਾਂ ਹਜੇ ਵੀ ਲੋਕ ਨਹੀਂ ਰਹਿ ਰਹੇ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟੇ-ਛੋਟੇ ਬੱਚੇ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਆ ਰਹੇ ਹਨ ਸੋ ਇਹਨਾਂ ਨੂੰ ਵੀ ਕਵਾਰੈਂਟਾਈਨ ਕੀਤਾ ਜਾਣਾ ਹੈ ਸੋ ਬਿਲਕੁਲ ਪ੍ਰਸ਼ਾਸਨ ਦੀ ਟੀਮ ਜੋ ਹੈ ਉਹ ਬਿਲਕੁਲ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਲੈ ਕੇ ਜਾ ਰਹੀ ਹੈ ਔਰ ਤੁਸੀਂ ਐਸੇ ਦੇਖੋ ਕਿ 97 ਸਾਲ ਦੀ ਬਜ਼ੁਰਗ ਮਾਤਾ ਕਿੰਨੀ ਮੁਸ਼ਕਿਲ ਦੇ ਨਾਲ ਚੱਲ ਕੇ ਆਪਣੀ ਸੋਟੀ ਦੇ ਨਾਲ ਚੱਲ ਕੇ ਉਹ ਆ ਰਹੀ ਹੈ ਔਰ ਉਸ ਨੂੰ ਕੁਆਰੰਟਾਈਨ ਕੀਤਾ ਜਾਣਾ ਹੈ ਔਰ ਜੋ ਪੰਜਾਬ ਸਰਕਾਰ ਦੀ ਗੱਡੀ ਹੈ ਉਸ ਦੇ ਵਿੱਚ ਲੈ ਕੇ ਐਸਲੇ ਬਾਹਰ ਨਿਕਲੇ ਹਨ ਸੋ ਇਹਨਾਂ ਨੂੰ ਕੁਆਰੰਟਾਈਨ ਕੀਤਾ ਜਾਣਾ ਸਿਵਲ ਹਸਪਤਾਲ ਜਲੰਧਰ ਦੇ ਵਿਖੇ ਅਸੀਂ ਬਾਰ-ਬਾਰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਪਲੀਜ਼ ਆਪਣੇ ਘਰਾਂ ਦੇ ਵਿੱਚ ਰਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਵੀ ਸੁਰੱਖਿਅਤ ਰਹੇ ਅੰਦਰ ਰਹੋ ਬਿਲਕੁਲ ਅੰਦਰ ਰਹੋ ਤਾਂ ਹੀ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਸਾਡਾ ਭਲਾ ਹੋ ਸਕਦਾ ਹੈ ਸੋ ਇਸ ਕਰਕੇ ਬਾਰ ਬਾਰ ਅਸੀਂ ਅਪੀਲ ਕਰ ਰਹੇ ਹਾਂ ਇਸ ਮੌਕੇ ਤੇ ਜੋ ਆਸ਼ਾ ਵਰਕਰ ਸੇ ਸਭਾਵਾਂ ਦੇ ਨਾਲ ਆਇਆ ਸਨ ਉਹਨਾਂ ਨੇ ਵੀ ਆਪਣਾ ਪੰਜਾਬ ਨਿਊਜ਼ ਚੈਨਲ ਨੂੰ ਆਪਣੇ ਬਿਆਨ ਦਿੱਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਪ੍ਰਸ਼ਾਸਨ ਨੂੰ ਲੋੜ ਪੈਂਦੀ ਹੈ ਤਾਂ ਸਿਰਫ ਸਾਨੂੰ ਹੀ ਬੁਲਾਇਆ ਜਾਂਦਾ ਹੈ ਔਰ ਸਾਡੇ ਘਰ ਵਾਲੇ ਵੀ ਬੜੇ ਪਰੇਸ਼ਾਨ ਹਨ ਉਹ ਕਹਿੰਦੇ ਹਨ ਕਿ ਸਿਰਫ ਤੁਹਾਨੂੰ 1000 ਰੁਪਏ ਮਿਲਦਾ ਹੈ ਉਸ ਦੇ ਬਦਲੇ ਤੁਸੀਂ ਇੰਨਾ ਵੱਡਾ ਜੋਖਮ ਲੈ ਰਹੀਆਂ ਹਾਂ ਉਹ ਸੋ ਉਹਨਾਂ ਨੇ ਵੀ ਆਪਣੀ ਇਹ ਕਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਜ਼ਿਆਦਾ ਕੁਝ ਪੈਸੇ ਵੀ ਵਧਾਈ ਜਾਣ ਜਾਂ ਸਾਨੂੰ ਹੋਰ ਵੀ ਕੁਛ ਰੋਚ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਔਰ ਇੰਨੇ ਘੱਟ ਪੈਸਿਆਂ ਦੇ ਬਦਲੇ ਉਹਨਾਂ ਨੇ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਜੋ ਸਾਡੇ ਮੈਂਬਰ ਬੈਠੇ ਹਨ ਉਹ ਸਾਨੂੰ ਆਉਣ ਨਹੀਂ ਦਿੰਦੇ ਲੇਕਿਨ ਸਾਡੀ ਮਜਬੂਰੀ ਹੈ ਕਿ ਅਸੀਂ ਇਹ ਇੰਨਾ ਔਖਾ ਜਿਹੜਾ ਕੰਮ ਕਰ ਰਹੀਆਂ ਹਾਂ ਸੋ ਉਹਨਾਂ ਦੀ ਜਵਾਨੀ ਹੀ ਸੁਣੋ ਕਿਉਂ ਕੀ ਕਰ ਰਹੀਆਂ ਹਨ ਅੱਜ ਕੀ ਨਾਮ ਆ ਜੀ ਆਪਣਾ ਬਿਨਾਕਸ਼ੀ ਹਾਂਜੀ ਕੀ ਕੱਲ ਦੱਸੋ ਜੀ ਆਸ਼ਾ ਬਲਕਸ ਦਾ ਹਾਂਜੀ ਦੱਸੋ ਕੀ ਤੁਹਾਨੂੰ ਪ੍ਰੋਬਲਮ ਹੈ ਕੀ ਹੈ ਸਰ ਸਾਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ 1000 ਰੁਪਏ ਪਿੱਛੇ ਸੀ ਆਪਣਾ ਘਰ-ਬਾਰ ਸਾਰਾ ਛੱਡ ਕੇ ਆਪਣੇ ਘਰਦਿਆਂ ਨੂੰ ਹੁਣ ਵੀ ਅਸੀਂ ਜੋ ਘਰ ਸਰਕਾਰ ਦੇ ਸੰਮਤ ਰਾਏ ਕਰਕੇ ਤੁਸੀਂ ਅੰਦਰ ਨਹੀਂ ਬਰਨਾ 1000 ਰੁਪਏ ਪਿੱਛੇ ਸੀ ਇੱਥੇ ਤੱਕ ਪਹੁੰਚ ਰਹੇ ਹਾਂ ਜਦੋਂ ਕੋਈ ਕੇਸ ਇਸ ਤਰ੍ਹਾਂ ਦਾ ਪਹਿਲਾਂ ਸਾਨੂੰ ਕਰਨਾ ਪੈਂਦਾ ਨਾਲ ਫਿਰ ਦਾ ਡਾਕਟਰ ਕੋਲ ਜਾ ਰਹੇ ਆ ਦੂਸਰੀ ਗੱਲ ਹੈ ਵੀ ਜਦੋਂ ਸਾਨੂੰ ਇਹ ਫੋਨ ਕਰਦੇ ਨੇ ਅਸੀਂ ਉਸੇ ਵੇਲੇ ਉਹਨਾਂ ਕੋਲ ਪਹੁੰਚਦਾ ਟੀਮ ਦੇ ਨਾਲ ਪਰ ਸਾਡੇ ਵੱਲੋਂ ਸਿਰਫ 1000 ਰੁਪਏ ਦੀ ਬੈਨੀਫਿਟ ਦੇ ਰਹੇ ਆ ਪਰ ਸਾਨੂੰ ਬੈਨੀਫਿਟ 1000 ਰੁਪਏ ਵੀ ਨਹੀਂ ਚਾਹੀਦਾ ਸਾਨੂੰ ਇਹ ਆ ਵੀ ਸੇਵਾ ਹੀ ਆ ਇਹ ਕਿਸ ਸੰਦੇਸ਼ ਤੁਸੀਂ ਸਰਕਾਰ ਕੋਲੋਂ ਕੀ ਮੰਗ ਚਾਹੁੰਦੇ ਜੀ ਅਸੀਂ ਮੰਗੇ ਜਾਂਦੇ ਜਾਨੇ ਕਿ ਵੀ ਸਾਡੇ ਵਾਸਤੇ ਕੁਝ ਸੋਚੇ ਸਰਕਾਰ ਸਾਡੀ ਸੇਫਟੀ ਵਾਸਤੇ ਦੱਸੋ ਵੀ ਸਾਡੀ ਸਰਕਾਰ ਸਾਡੇ ਵਾਸਤੇ ਕੀ ਕਰ ਰਹੀ ਹੈ ਜਲੰਧਰ ਤੋਂ ਪੱਤਰਕਾਰ ਅਜੇ ਅਤੇ ਅਮਰਜੀਤ ਦੀ ਵਿਸ਼ੇਸ਼ ਰਿਪੋਰਟ ਪੰਜਾਬ ਨਿਊਜ਼ ਚੈਨਲ ਵਾਸਤੇ